ਲਗਾਤਾਰ ਰਜਿੰਦਰ ਹਸਪਤਾਲ ਤੋਂ ਫੋਨਸ ਆ ਰਹੇ ਨੇ ਕਿ ਲਾਈਟਸ ਦੇ ਕੱਟ ਜਿਹੜੇ ਨੇ ਬਹੁਤ ਲੱਗ ਰਹੇ ਨੇ, ਜਿਸ ਕਰਕੇ ਪੇਸ਼ੈਂਟਸ ਨੂੰ ਜਿਹੜਾ ਪਰੇਸ਼ਾਨ ਹੋਣਾ ਪੈ ਰਿਹਾ, ਖੱਜਲ ਖੁਆਰ ਹੋਣਾ ਪੈ ਰਿਹਾ। ਐਸੀ ਇਨਫੋਰਮੇਸ਼ਨ ਮੇਰੇ ਕੋਲ ਨਹੀਂ ਹੈ ਜੀ, ਅੱਜ ਦਾ ਤਾਂ ਕੋਈ ਕੱਟ ਨਹੀਂ ਲੱਗਿਆ। 3:30 to 4:30 ਉਹਨਾਂ ਨੇ ਸਾਡੇ ਤੋਂ ਟਾਈਮ ਲਿੱਤਾ ਸੀ, 4:30 ਦਾ ਟਾਈਮ, ਉਹ ਅੱਧੇ ਘੰਟੇ ਦਾ ਟਾਈਮ ਉਹਨਾਂ ਨੇ ਕਰਨਾ, ਅਦਰਵਾਈਜ਼ ਹੋਰ ਕੋਈ ਮੈਨੂੰ ਇਨਫੋਰਮੇਸ਼ਨ ਨਹੀਂ। ਔਰ ਬਿਜਲੀ ਬੋਰਡ ਵਾਲਿਆਂ ਦਾ ਇਹ ਮੇਰੇ ਕੋਲ ਇਨਫੋਰਮੇਸ਼ਨ ਆਈ ਸੀ, ਹੋਰ ਕੋਈ ਕੱਟ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਸਾਡੇ ਸਾਰੇ 20 ਦੇ 20 ਜਨਰੇਟਰ ਪ੍ਰੋਪਰ ਚੱਲ ਰਹੇ ਹੈ, ਔਰ ਉਸ ਤੋਂ ਬਾਅਦ ਕੱਲ੍ਹ ਤੋਂ ਬਾਅਦ ਤਾਂ ਲਾਈਟ ਵੀ ਕੋਈ ਨਹੀਂ ਇਸ ਤਰ੍ਹਾਂ ਦੀ। ਸਰ 2 ਦਿਨ ਕੀ ਅਜਿਹਾ ਇਸ਼ੂ ਬਣਿਆ ਜੀ ਕਿ ਜਿਸ ਕਰਕੇ ਇੰਨੀਆਂ ਲਾਈਟ ਦੇ ਕੱਟਸ ਹੋਏ ਕਿ ਲੋਕਾਂ ਨੂੰ ਪੈਨਿਕ ਹੋਣਾ ਪੈ ਗਿਆ, ਨਾਰੇਬਾਜ਼ੀ ਕਰਨੀ ਪੈ ਗਈ? ਕੀ ਹੋਇਆ ਸੀ ਜੀ, ਇਹ ਪ੍ਰੋਬਲਮ ਜਿਹੜੀ 3-4 ਦਿਨ ਤੋਂ ਚੱਲ ਰਹੀ ਸੀ ਇਹਨਾਂ ਦੇ ਬਿਜਲੀ ਬੋਰਡ ਵਾਲਿਆਂ ਦਾ, ਜਿਹੜਾ ਮੇਨ ਗ੍ਰਿਡ ਹੈ 66 KV ਵਾਲਾ, ਉਹਦੀ ਬ੍ਰੇਕਡਾਊਨ ਹੋ ਗਿਆ ਸੀ, ਫੇਲੀਅਰ ਹੋ ਗਿਆ ਸੀ, ਉਸ ਕਰਕੇ ਇਹ ਸਾਰੀ ਪ੍ਰੋਬਲਮ ਆਈ। ਹੋਰ ਕੋਈ ਐਸਾ ਇਸ਼ੂ ਨਹੀਂ ਸੀ, ਉਹ ਸਾਰਾ ਰਿਜ਼ੋਲਵ ਹੋ ਗਿਆ। ਉਸ ਤੋਂ ਬਾਅਦ ਸਾਰੇ ਜਨਰੇਟਰ 'ਤੇ ਅਸੀਂ ਇਮੀਡੀਏਟਲੀ ਸ਼ਿਫਟ ਕਰ ਦਿੱਤਾ, ਔਰ ਸਾਰਾ ਫੰਕਸ਼ਨਿੰਗ ਹੋਸਪਿਟਲ ਦੀ ਨੋਰਮਲ ਚੱਲ ਰਹੀ ਹੈ ਜੀ। ਸਰ ਜਨਰੇਟਰ ਨੂੰ ਲੈ ਕੇ ਵੀ ਕਿਹਾ ਕਿ ਡੀਜ਼ਲ ਵੀ ਨਹੀਂ ਸੀਗਾ ਮੌਕੇ 'ਤੇ, ਡੀਜ਼ਲ ਲੈਣ ਵਾਸਤੇ ਇੱਕ ਵਿਅਕਤੀ ਜਾਂਦਾ? ਇਸ ਤਰ੍ਹਾਂ ਨਹੀਂ ਹੁੰਦਾ ਜੀ, ਹਰ ਟਾਈਮ ਸਾਡੇ ਸਾਰੇ ਜਨਰੇਟਰ ਡੀਜ਼ਲ ਨਾਲ ਭਰੇ ਹੁੰਦੇ ਆ। ਪਿਛਲੇ 20 ਘੰਟੇ ਤੋਂ ਇੱਕ ਜਨਰੇਟਰ ਚੱਲ ਰਿਹਾ ਸੀ NCH ਦਾ, ਉਹ 2 ਜਨਰੇਟਰ ਹੈ, 20 ਘੰਟੇ ਤੋਂ ਚੱਲ ਰਿਹਾ ਸੀ, ਅਤੇ ਉਹਦੇ ਵਿੱਚ ਸਿਰਫ ਜਿਹੜੀ ਸ਼ਿਫਟਿੰਗ ਕਰਨੀ ਸੀ ਅਸੀਂ ਡੀਜ਼ਲ ਦੀ, ਉਹਦੇ ਵਿੱਚ ਰੀਫਿਲ ਕਰਨੀ ਸੀ, ਉਹਦੇ ਵਿੱਚ ਜਿਹੜਾ ਟਾਈਮ ਲੱਗਿਆ ਸੀ, ਹੋਰ ਤਾਂ ਕੁਛ ਨਹੀਂ। ਸਰ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਜੱਚਾ ਬੱਚਾ ਵਾਰਡ ਦੇ ਵਿੱਚ ਡਿਲੀਵਰੀ ਕੀਤੀ ਜਾ ਰਹੀ ਹੈ, ਔਰ ਉਹ ਇੱਕ ਮੋਬਾਈਲ ਦੀ ਲਾਈਟ ਨਾਲ ਜਲਾ ਕੇ ਡਿਲੀਵਰੀ ਕੀਤੀ ਜਾ ਰਹੀ ਹੈ, ਉਹ ਕੀ ਹੈ ਤੁਹਾਡਾ ਸਪਸ਼ਟੀਕਰਨ ਕੀ ਹੈ? ਹਾਂ, ਪਹਿਲੀ ਗੱਲ ਤਾਂ ਇਹ ਨਹੀਂ ਉਸ 'ਤੇ ਮੈਂ ਕਮੈਂਟ ਕਰ ਸਕਦਾ ਜੀ ਵੀ ਉਹ ਫੋਟੋ ਕਿੱਥੋਂ ਦੀ ਹੈ। ਦੂਸਰਾ ਇਹ ਕਮੈਂਟ ਨਹੀਂ ਕੀਤਾ ਜਾ ਸਕਦਾ ਵੀ ਉਹ ਕਦੋਂ ਦੀ ਫੋਟੋ ਹੈ, ਕਿੱਥੋਂ ਦੀ ਹੈ, ਕਦੋਂ ਦੀ ਹੈ, ਔਰ ਕਿਸ ਤਰ੍ਹਾਂ ਉਸ 'ਤੇ ਕੋਈ ਅਥੈਂਟਿਸਿਟੀ ਨਹੀਂ ਪ੍ਰੂਵ ਹੋ ਸਕਦੀ ਕਿ ਉਹ ਕੀ ਹੈ। ਔਰ ਇਸ ਤਰ੍ਹਾਂ ਦਾ ਫਿਰ ਮੈਂ ਪੁੱਛਿਆ ਗਾਇਨੀ ਵਾਰਡ ਵਿੱਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੈ, ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਆਈ। ਮੈਂ ਹੁਣ ਵੀ HOD ਦੇ ਨਾਲ, ਹੋਰ ਡਾਕਟਰਸ ਦੇ ਨਾਲ, ਗਾਇਨੀ ਦੇ ਉਹਨਾਂ ਦੇ ਨਾਲ ਮੈਂ ਮੀਟਿੰਗ ਕੀਤੀ ਹੈ, ਔਰ ਉਹਨਾਂ ਨੇ ਮੈਨੂੰ ਦੱਸਿਆ ਵੀ ਕੋਈ ਵੀ ਪ੍ਰੋਬਲਮ ਨਹੀਂ ਆਈ। ਜਿਹੜੇ 5-7 ਮਿੰਟ ਤੁਹਾਨੂੰ ਮੈਂ ਦੱਸ ਰਿਹਾ ਉਹ ਉਹਦੇ ਵਿੱਚ ਲੱਗੇ ਹੈ, ਉਹੀ ਇੱਕ ਰੀਜ਼ਨ ਸੀ ਬਸ। ਸਰ ਇੱਕ ਲਾਂਡਰੀ ਔਰ ਜਿਹੜੀਆਂ ਮਸ਼ੀਨਾਂ ਨੇਗੀਆਂ, 3 ਮਸ਼ੀਨਾਂ, ਵਾਸ਼ਿੰਗ ਮਸ਼ੀਨਾਂ ਕਾਫੀ ਲੰਬੇ ਸਮੇਂ ਤੋਂ ਖਰਾਬ ਨੇਗੀਆਂ, ਉਹਨਾਂ ਨੂੰ ਲੈ ਕੇ ਕੁਛ ਕੀਤਾ ਜਾ ਰਿਹਾ ਜੀ ਕੋਈ? ਹਾਂਜੀ ਹਾਂਜੀ ਹਾਂਜੀ, ਉਹਦਾ ਸਾਰਾ ਕੁਛ ਸਾਡਾ ਤਿਆਰ ਹੋ ਗਿਆ ਜੀ ਲਾਂਡਰੀ ਵਾਸਤੇ, ਅਤੇ ਉਹ ਪ੍ਰੋਜੈਕਟ ਬਣਾ ਕੇ ਸਾਰਾ ਕੁਛ ਅਸੀਂ ਉੱਪਰ ਭੇਜ ਦਿੱਤਾ ਪਾਸ ਹੋਣ ਲਈ, ਔਰ ਉਹ ਜਲਦੀ ਹੀ ਸਟਾਰਟ ਹੋ ਜਾਏਗਾ। ਉਸ ਤੋਂ ਪਹਿਲਾਂ ਉਹਦੇ ਵਾਸਤੇ, ਲਿਨਨ ਵਾਸਤੇ, ਬੈੱਡਸ਼ੀਟ ਵਾਸਤੇ ਅਸੀਂ ਆਰਡਰ ਪਲੇਸ ਕਰਤਾ, ਉਹ 1-2 ਦਿਨ ਵਿੱਚ ਮਿਲ ਜਾਏਗਾ ਜੀ ਸਾਰੇ ਹੋਸਪਿਟਲ 'ਤੇ। ਸਰ ਕੀ ਲਾਈਆਂ ਮਸ਼ੀਨਾਂ ਲਗਾਈਆਂ ਜਾ ਰਹੀਆਂ ਨੇ ਜਾਂ ਆਊਟਸੋਰਸ ਦੇ? ਇਹ ਹਜੇ ਡਿਸਾਈਡ ਕਰਨਾ ਜੀ ਹਾਇਰ ਅਥਾਰਟੀਜ਼ ਦਾ, ਅਸੀਂ ਤਾਂ ਬਣਾ ਕੇ ਜਿਹੜੀ ਪ੍ਰਪੋਜ਼ਲ ਹੈ ਉਹ ਭੇਜ ਦਿੱਤੀ। ਸਰ ਕਿੰਨਾ ਕੁ ਟਾਈਮ ਲੱਗ ਸਕਦਾ? ਮੇਰੇ ਖਿਆਲ 'ਤੇ ਹਫ਼ਤੇ ਦੇ ਵਿੱਚ ਹੋ ਜਾਣਾ ਚਾਹੀਦਾ ਜੀ। ਸਰ ਲਾਈਟ ਦਾ ਇਸ਼ੂ ਖਤਮ ਹੋ ਚੁੱਕਾ? ਲਾਈਟ ਦਾ ਇਸ਼ੂ ਖਤਮ ਹੋ ਚੁੱਕਾ ਜੀ ਬਿਲਕੁਲ, ਕਿਉਂਕਿ ਕੱਲ੍ਹ ਵੀ ਮੀਟਿੰਗ ਸੀ ਮਨਿਸਟਰ ਸਾਹਿਬ ਦੀ, ਉੱਥੇ ਸਾਰੇ ਬਿਜਲੀ ਬੋਰਡ ਵਾਲੇ ਸੀ, XCN ਸਾਹਿਬ ਸੀ, ਚੇਅਰਮੈਨ ਸਾਹਿਬ ਵੀ ਆਏ ਸੀ। ਉਹ ਇਹੀ ਹੋਇਆ ਵੀ ਇੱਕ ਦੂਸਰੀ ਸਪਲਾਈ ਵੀ ਨਾਲ ਇਹਨਾਂ ਨੂੰ ਆਲਟਰਨੇਟ ਆਪਾਂ ਨੂੰ ਸਾਨੂੰ ਦੇਣਗੇ, ਸੋ ਇਹ ਮੇਰੇ ਖਿਆਲ 'ਤੇ ਦੁਬਾਰਾ ਕਦੀ ਵੀ ਇਹ ਮੁੱਦਾ ਨਹੀਂ ਉੱਠਣਾ ਚਾਹੀਦਾ। ਸਰ ਇੱਕ ਗਵਰਨਮੈਂਟ ਦਾ ਇੱਕ ਨੋਮ ਹੁੰਦਾ ਕਿ ਕੋਈ ਵੀ ਸਰਕਾਰੀ ਡਾਕਟਰ ਪਰਸਨਲ ਇਲਾਜ ਨਹੀਂ ਕਰ ਸਕਦਾ, ਕਿ ਘਰੇ ਦੇ ਘਰ ਦੇ ਵਿੱਚ ਕੋਈ ਆਪਣਾ ਕਲੀਨਿਕ ਨਹੀਂ ਚਲਾ ਸਕਦਾ। ਜੇਕਰ ਇੱਦਾਂ ਦੇ ਡਾਕਟਰ, ਜੇ ਤੁਹਾਡੇ ਰਜਿੰਦਰ ਹਸਪਤਾਲ ਦੇ ਡਾਕਟਰ ਇਸ ਤਰੀਕੇ ਦਾ ਕੰਮ ਕਰ ਰਹੇ ਨੇ, ਤਾਂ ਕਿਸ ਤਰੀਕੇ ਦਾ ਐਕਸ਼ਨ ਹੈ ਜੀ ਉਹਨਾਂ ਦੇ ਉੱਪਰ?
ਇਸ ਤਰ੍ਹਾਂ ਜੇ ਕੋਈ ਵੀ ਡਾਕਟਰ ਕੋਈ ਪ੍ਰਾਈਵੇਟ ਇਸ ਤਰ੍ਹਾਂ ਕੋਈ ਕੰਮ ਕਰਦਾ ਹੈ, ਵੈਸੇ ਕੋਈ ਅਲਾਊਡ ਨਹੀਂ ਹੈ ਕਿਉਂਕਿ ਉਹ MBA ਐਜ਼ ਪਰ ਗਵਰਨਮੈਂਟ ਰੂਲ ਮਿਲਦੇ ਆ। ਜੇ ਕੋਈ ਇਸ ਤਰ੍ਹਾਂ ਸਾਡੀ ਨਿਗਾਹ ਦੇ ਵਿੱਚ ਆਉਂਦਾ ਹੈ ਕੋਈ ਡਾਕਟਰ ਪ੍ਰੈਕਟਿਸ ਕਰਦੇ ਹੋਇਆ, ਤਾਂ ਅਸੀਂ ਉਹਦੇ 'ਤੇ ਹਾਇਰ ਅਥੋਰਿਟੀਜ਼ ਨੂੰ ਭੇਜਾਂਗੇ ਕਿ ਤੁਸੀਂ ਜੇ ਪਰੂਫ ਮਿਲਦੇ ਹੈ ਸਾਰਾ ਕੁਛ ਹੁੰਦਾ ਤਾਂ ਉਸਨੂੰ ਇਨਵੈਸਟੀਗੇਟ ਹੋਏਗਾ ਔਰ ਉਹਨੂੰ ਉਹਦੇ 'ਤੇ ਐਕਸ਼ਨ ਲਿੱਤਾ ਜਾਏਗਾ। ਇਸ ਵਾਰ ਗਵਰਨਮੈਂਟ ਕੋਰਟ 'ਤੇ ਹਾਇਰ ਅਥੋਰਿਟੀਜ਼ ਨੂੰ ਅਸੀਂ ਭੇਜ ਕੇ ਉਹਦੇ 'ਤੇ ਜ਼ਰੂਰ ਐਕਸ਼ਨ ਹੋਏਗਾ। ਇਸ ਤਰ੍ਹਾਂ ਦਾ ਹੈ ਨਹੀਂ ਹੈ ਜੀ ਕੋਈ ਡਾਕਟਰ, ਮੈਂ ਆਪਣੇ ਜਿੰਦਰਾ ਹੋਸਪਿਟਲ ਦੇ ਵਿੱਚ ਮੈਨੂੰ ਕੋਈ ਜਾਣਕਾਰੀ ਦੇ ਵਿੱਚ ਆਇਆ ਨਹੀਂ, ਜੇ ਆਏਗਾ ਤਾਂ ਜ਼ਰੂਰ ਅਸੀਂ।